ਵੇਖ ਲਾ ਮੈਂ ਕੀ ਲੈ ਕੇ ਜਾ ਰਹੀ ਹਾਂ ਅੱਜ ਬੀਬੀ ਬੋਲ ਕੇ ਆਉਂਦੀ ਏ ਏ ਅੰਮਾ ਬੋਲੋ ਨਾ ਤੁਸਾਂ ਕੀ ਕਹਿਣਾ ਚਾਹੁੰਦੇ ਜੇ ਅੱਜ ਮਈ ਸਾਬਾ ਬੋਲ ਕੇ ਆਉਂਦੀ ਬੀਬੀ ਮੈਂ ਕੈਦੀਆਂ ਦੀ ਖਿਦਮਤ ਕਰਨੀ ਏ ਮੈਂ ਕੈਦੀਆਂ ਦੀ ਖਿਦਮਤ ਕਰਨੀ ਏ ਲੋਗੋ ਜਿਨ੍ਹਾਂ ਦੇ ਜਬਰੀਲ ਝੂਲੇ ਝੁਲਾਉਂਦੇ ਰਹੇ ਜੋ ਕੈਦੀ ਦਾ ਲਫ਼ਜ਼ ਜਦੋਂ ਸੁਣਿਆ ਜਦੋਂ ਕੈਦੀਆਂ ਦਾ ਲਫ਼ਜ਼ ਸੁਣਿਆ ਮੇਰੀ ਸੈਣਜ਼ਾਦੀ ਫੂਟ ਫੂਟ ਕੇ ਰੋਈਆਂ ਨੇ ਤੇ ਬੀਬੀ ਕੋਲ ਪੁੱਛਦੀਆਂ ਨੇ ਅੰਮਾ ਜੀ ਬੋਲੋ ਨਾ ਤੁਸਾਂ ਕੀ ਫਰਮਾਉਣਾ ਚਾਹੁੰਦੀਆਂ ਜੇ ਅੰਮਾ ਜੀ ਬੋਲ ਕੇ ਨਾ ਬੀਬੀ ਮੈਂ ਕੈਦੀਆਂ ਦੀ ਖਿਦਮਤ ਕਰਨਾ ਚਾਹੁੰਦੀ ਹਾਂ ਫਿਰ ਮੈਂ ਅੰਮਾ ਇਸ ਬੁਰੇ ਮਜਮੇ ਚੋਂ ਕਿਸੇ ਸਾਨੂੰ ਪੁੱਛਿਆ ਨਹੀਂ ਤੁਸੀਂ ਕਿਉਂ ਕਰਨਾ ਚਾਹੁੰਦੇ ਜੇ ਖਿਦਮਤ ਪਰ ਮੈਂ ਬੀਬੀ ਮੈਂ ਤਾਂ ਖਿਦਮਤ ਕਰਨਾ ਚਾਹੁੰਦੀ ਹਾਂ ਮੇਰੀ ਸੈਣਜ਼ਾਦੀ ਨੇ ਮੈਨੂੰ ਹੁਕਮ ਕੀਤਾ ਸੀ ਫਰਮਾ ਬੀਬੀ ਤੂੰ ਮੇਰੇ ਘਰੋਂ ਚੱਲੀ ਹੈ ਫਰਮਾ ਬੀਬੀ ਗੱਲ ਪੂਰੀ ਸੁਣਾ ਅੰਮਾ ਬੋਲ ਅੰਮਾ ਬੋਲ ਕੇ ਆਉਂਦੀਆਂ ਨੇ ਮੈਂ ਇੱਕ ਅਰਸਾ ਮਦੀਨੇ 'ਚ ਗੁਜ਼ਾਰਿਆ ਹੈ ਮੈਂ ਇੱਕ ਅਰਸਾ ਮਦੀਨੇ 'ਚ ਗੁਜ਼ਾਰਿਆ ਹੈ ਉਹ ਜਦੋਂ ਮਦੀਨੇ ਦਾ ਨਾਂ ਆਇਆ ਕਾਸ਼ ਭਾਈ ਸੈਯਦਾ ਜ਼ਾਰੋ ਕਤਾਰ ਰੋ ਪਈਆਂ ਜਨਾਬ ਸੈਯਦਾ ਕੋਲ ਬੀਬੀ ਪੁੱਛਦੀਆਂ ਨੇ ਬੇਟਾ ਮਦੀਨੇ ਦਾ ਨਾਂ ਸੁਣ ਕੇ ਇੰਨਾ ਕਿਉਂ ਰਹੀਆਂ ਜੇ ਮੇਰੀ ਸੈਣਜ਼ਾਦੀ ਬੋਲ ਕੇ ਆਉਂਦੀ ਬੀਬੀ ਕੋਈ ਅਗਲੀ ਗੱਲ ਸੁਣਾ ਮਦੀਨੇ ਦੀ ਫਰਮਾਇਆ ਬੀਬੀ ਮੈਂ ਮਦੀਨੇ ਦੇ ਅੰਦਰ ਇੱਕ ਅਰਸਾ ਗੁਜ਼ਾਰਿਆ ਹੈ ਅੰਮਾ ਕਿਹੜੇ ਘਰ ਗੁਜ਼ਾਰੀ ਆਈ ਅੰਮਾ ਬੋਲ ਕੇ ਆਉਂਦੀਆਂ ਨੇ ਉਸ ਘਰ ਦਾ ਨਾਂ ਜਨਾਬ ਮੌਲਾ ਮੁਰਤਦਾ ਦਾ ਘਰ ਸੈਯਦਾ ਫਾਤਮਾ ਦਾ ਘਰ ਇਮਾਨਦਾਰੀ ਨਾਲ ਦੱਸਿਆ ਜੇ ਉਹ ਜਦੋਂ ਮਾਂ ਦਾ ਨਾਂ ਆਉਂਦਾ ਹੈ ਪਰਦੇਸੀ ਪੁੱਤਰ ਦਾ ਕਲੇਜਾ ਤੇ ਪਹਿਲੇ ਹਿਲ ਜਾਂਦਾ ਹੈ ਸੈਯਦਾ ਵਤਨ ਤੋਂ ਦੂਰ ਨੇ ਪਰਦੇਸ਼ ਤੋਂ ਦੂਰ ਨੇ ਮਾਂ ਵਿੱਚ ਤੋਂ ਟੁਰ ਗਈ ਮੇਰੀ ਸਰਕਾਰ ਦਾ ਗੁਲਾਮ ਅੰਮਾ ਜੀ ਕੋਲ ਸੈਯਦਾ ਪੁੱਛਦੀਆਂ ਅੰਮਾ ਜੀ ਅਗਲੀ ਗੱਲ ਕਰੋ ਫਰਮਾਇਆ ਬੀਬੀ ਮੈਂ ਅਰਸਾ ਗੁਜ਼ਾਰਿਆ ਹੈ ਮੇਰੀ ਸ਼ਾਦੀ ਹੋ ਗਈ ਹੈ ਮੈਂ ਮਦੀਨੇ ਜੋ ਇੱਥੇ ਆ ਗਈ ਹਾਂ ਤੇ ਮੇਰੀ ਬੀਬੀ ਨੇ ਮੈਨੂੰ ਆਖਿਆ ਸੀ ਓ ਬੀਬੀ ਟੁਰ ਤੇ ਚੱਲੀਏ ਕਿਤੇ ਕੈਦੀ ਮਿਲ ਜਾਣ ਤੇ ਉਹਨਾਂ ਦੀ ਖਿਦਮਤ ਕਰ ਦੇਈ ਫਰਮਾਇਆ ਮੈਂ ਉਹੀ ਸਮਝ ਕੇ ਖਿਦਮਤ ਪਈ ਕਰਨੀ ਆ ਅੰਮਾ ਉਸ ਘਰ ਦੀ ਕੋਈ ਗੱਲ ਸੁਣਾ ਅੰਮਾ ਬੋਲ ਕੇ ਆਉਂਦੀਆਂ ਨੇ ਉਸ ਘਰ ਦੀ ਗੱਲ ਲੈ ਉਸ ਘਰ ਵਿੱਚ ਇੱਕ ਫੁੱਲ ਜੀਆਂ ਸ਼ਹਿਜ਼ਾਦਾ ਸੀ ਜਿਹਦਾ ਨਾਮ ਸੀ ਇਮਾਮ ਹਸਨ ਇੱਕ ਫੁੱਲ ਜੀਆਂ ਸ਼ਹਿਜ਼ਾਦਾ ਸੀ ਜਿਹਦਾ ਨਾਮ ਸੀ ਇਮਾਮ ਹੁਸੈਨ ਇੱਕ ਫੁੱਲਾਂ ਤੋਂ ਪਿਆਰੀ ਜਿਹੀ ਇੱਕ ਬੇਟੀ ਸੀ ਜਿਹਦਾ ਨਾਮ ਸੈਯਦਾ ਜ਼ੈਨਬ ਸਲਾਮੁਲਾ ਅਲੈਹਾ ਸੀ ਬੀਬੀ ਇਹ ਮੈਂ ਕੁਝ ਸੱਤੂ ਲੈ ਕੇ ਆਈ ਹਾਂ ਕੁਝ ਪਾਣੀ ਲੈ ਕੇ ਆਈ ਹਾਂ ਇਹ ਕਬੂਲ ਫਰਮਾ ਲਓ ਤੇ ਨਾਲੇ ਦੁਆ ਕਰ ਦਿਓ ਮੈਂ ਸੁਣਿਆ ਏ ਇਮਾਮ ਹਸਨ ਨੂੰ ਜ਼ਹਿਰ ਦਿੱਤਾ ਗਿਆ ਸ਼ਹੀਦ ਹੋ ਗਏ ਨੇ ਮੈਂ ਸੁਣਿਆ ਇਤਨੀ ਦੇਰ ਦੀ ਜਦੋਂ ਆਈ ਆ ਮੈਂ ਮੌਲਾ ਹੁਸੈਨ ਦੀ ਜ਼ਿਆਰਤ ਕਰਨਾ ਚਾਹੁੰਦੀ ਹਾਂ ਸੁਣਿਆ ਮੌਲਾ ਹੁਸੈਨ ਕੂਫੇ ਦੇ ਇਲਾਕੇ ਦੇ ਅੰਦਰ ਆਏ ਹੋਏ ਨੇ ਅੱਲਾ ਕਰੇ ਮੈਨੂੰ ਦੀਦਾਰ ਹੋ ਜਾ ਦੁਆ ਕਰ ਦੇਣਾ ਸੈਯਦਾ ਬੋਲ ਕੇ ਆਉਂਦੀਆਂ ਨੇ ਅੰਮਾ ਫਿਰ ਤੇਰੀਆਂ ਦੁਆਵਾਂ ਕਬੂਲ ਹੋ ਗਈਆਂ ਨੇ ਜਦੋਂ ਮਿਲਣਾ ਚਾਹੁੰਦੀ ਹੈ ਉਹ ਸਾਹਮਣੇ ਵੇਖ ਨੇਜੇ ਦੀ ਨੋਕ ਤੇ ਕੁਰਾਨ ਪਿਆ ਪੜਦਾ ਹੀ ਜਿਸ ਜ਼ੈਨਬ ਨੂੰ ਤੂੰ ਖਿਡਾਉਂਦੀ ਰਹੀ ਹੈ ਉਹਦੇ ਨਾਲ ਗੱਲਾਂ ਪਈ ਕਰਦੀ ਹੈ ਉਹ ਮਈ ਨੇ ਸੈਯਦਾ ਦੇ ਕਦਮਾਂ ਤੇ ਸਰ ਰੱਖਿਆ ਜ਼ਮੀਨ ਤੇ ਗਿਰ ਕੇ ਫੌਤ ਹੋ ਗਈ ਇੰਨਾ ਲਿਲਾਹਿ ਵ ਇੰਨਾ ਇਲੈਹਿ ਰਾਜਿਉਨ ਜਦੋਂ ਫੌਤ ਹੋਈ ਹੈ ਅੱਜ ਕਾਫਲੇ ਵਾਲਿਆਂ ਵੇਖਿਆ ਕਿ ਅੰਮਾ ਡਿੱਗ ਪਈ ਹੈ ਖੁਦਾ ਦੀ ਕਸਮ ਇਮਾਮ ਸਜਾਦ ਬੋਲ ਕੇ ਆਉਂਦੇ ਨੇ ਫਰਮਾ ਜਿੰਨਾ ਸਾਡਾ ਦਰਦ ਵੇਖਿਆ ਹੈ ਉਹਨਾਂ ਤੋਂ ਬਰਦਾਸ਼ਤ ਨਹੀਂ ਆਉਂਦਾ ਪਰ ਮੈਨੂੰ ਪੁੱਛੋ ਨਾ ਮੈਂ ਆਪਣੇ ਬਾਪ ਨੂੰ ਜ਼ਿਬਾ ਹੁੰਦਾ ਵੇਖਿਆ ਹੈ ਮੈਂ ਬਾਪ ਨੂੰ ਪਰਚੀਆਂ ਖਾਂਦਾ ਵੇਖਿਆ ਹੈ ਫਿਰ ਮੈਂ ਆਪਣੇ ਬਾਬੇ ਨੂੰ ਕੁਰਾਨ ਦੀ ਤਿਲਾਵਤ ਕਰਦਾ ਹੀ ਵੇਖਿਆ ਹੈ ਆ ਬਾਬੇ ਜੀ ਵਖਾਰ ਸਰਕਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮ ਇਹ ਕੈਦੀ ਕਾਫਲਾ ਬਹੁਤ ਸਾਰੀਆਂ ਬਾਤਾਂ ਨੇ ਬਹੁਤ ਸਾਰੀ ਤਾਰੀਖ ਮੈਂ ਅਰਜ਼ ਕਰਾਂ ਕੈਦੀ ਕਾਫਲਾ ਇਬਨ ਜ਼ਿਆਦ ਦੇ ਦਰਬਾਰ ਵਿੱਚ ਪਹੁੰਚਿਆ ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਨੂੰ ਬੁਖਾਰੀ ਸ਼ਰੀਫ ਵਿੱਚ ਇਰਸ਼ਾਦ ਫਰਮਾਉਂਦੇ ਨੇ ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਨੂੰ ਜਦੋਂ ਇਬਨ ਜ਼ਿਆਦ ਦੇ ਦਰਬਾਰ ਵਿੱਚ ਮੇਰੇ ਹੁਸੈਨ ਦਾ ਸ਼ਰੇ ਅਨਵਰ ਪਹੁੰਚਿਆ ਉਸ ਜ਼ਾਲਮ ਨੇ ਛੜੀ ਉਠਾਈ
میرے حسین دے لبا تے مارن لگ گیا حضور دا گڈلا چہ صحابی حضرت زید بن ارقم رضی اللہ تعالی عنہ کھڑے ہو گئے چھڑی پھڑ کے اندے او کبینیا میرے چھڑی نو پیچھے کر کیونکہ انہاں ہونٹاں نو میرا کملی والا محمد بوسے دیندا رہ گیا انہاں ہونٹاں نو میرا مصطفی بوسے دیندا رہ گیا اباب جی وقار میرے نبی دے غلامو بیان کیتا جاندا ہے بیبیاں ایتھے قید ہو گئیاں بیبیاں نو ایتھے بن کے رکھیا گیا نہیں خدا دی قسم تاریخ پڑھ کے ویکھو سیدہ زینب پاک سلام اللہ علیہا میری سرکار دے غلام یزید دے دربار وچ خطبے دیندی اگر آپ دا خطبہ بیان کراں تے پورا ایک خطاب ہے امام زین العابدین دا خطبہ بیان کراں تے ایک پورا خطاب ہے جناب سیدنا امام علی مقام دا شہزادہ اپنے اس ماں تے بیٹیاں دی عزت عصمت نو لے کے مدینہ شریف وچ پہنچے تے سیدہ پاک سب تو پہلے اپنے گھر نہیں گیا اپنے نانے محمد روزے تے جا کے نانا ویکھ لے کچاوے پر کے لے کے گئی ساں اج خالی لے کے آ گئی ہاں تیری زبان چسن والا حسین اج تیرے دین تو قربان ہو گیا ہے ہم شکل پیغمبر میرا بھتیجا اکبر قربان ہو گیا ہے میرے مصطفیٰ دی قبر انور ہلی آواز اللہم آت الحسین صبرم و اجرا فرما بیٹی تینوں بھی یہی دعا دینا جڑی تیرے وراث حسین نو دعا دیتی سی اسی بھی دعا لے کے آئے کہ لجپال دا حسین دا ذکر کر کے یا گل کر کے آنے سرکار دے غلاموں کی زمین آسمان میں حسین سا ماشاءاللہ تساں بہت پیارا سنیا ذرا آخری والی ہاتھ چکھو لو ذرا زمین آسمان میں حسین سا کوئی نہیں زمین آسمان میں حسین سا کوئی نہیں زمین تھوڑی یار ایک سپنجی والے جڑا بیٹھا بولو زمین آسمان میں حسین سا کوئی نہیں زمین آسمان میں حسین سا کوئی نہیں خدا کے اس جہاں حسین سا کوئی نہیں خدا کے اس جہاں میں حسین سا کوئی نہیں اور لکھے گا کون اس طرح شہادتوں کی داستان کسی کے خاندان میں حسین سا حیدری کسی کے خاندان میں حسین سا کوئی نہیں کسی کے خاندان میں حسین سا کوئی سبحان اللہ نہ آکھے اگر نہیں تے پھر اونچی ساری سبحان اللہ آکھو بڑی مہربانی ایک حکم دا میں بھائیوں دی فرمائش دو شیر پڑھ کے اجازت چاہ رہے ہیں نبی ہے آسرا نبی ہے آسرا ہولی جی سبحان اللہ نبی ہے آسرا کل جہان دا نبی دا آسرا ہے ماں حسین دی نبی ہے آسرا جنہ جنہ دا نبی آسرا میرا بھائی کیمرے والے سونے لالا جان ایک والی حد کیچ کری دینا نبی ہے آسرا نبی ہے آسرا نبی ہے آسرا نبی ہے آسرا جی کل جہان دا نبی دا آسرا ہے ماں حسین دی علی ہے آسرا نعرہ حیدر علی ہے آسرا
علی ہے آسرا ایک ایمان دا علی دا آسرا ماں حسین دی نبی ہے آسرا بولو 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 نبی ہے آسرا جنہ جنہ دا آسرا چودری صاحب نہ بولو جے جنہ دا آسرا میاں صاحب نے نہ بولیا جے جنہ دا آسرا کو تاریخ انصاف دا منبر نہ بولے جنہ دا آسرا حسین بادشاہ دا نہ بولے گورا نبی ہے آسرا جو کو جہان دا نبی دا آسرا ہے ماں حسین دی علی ہے آسرا خدیجہ آمنہ خدیجہ 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 آمنہ کاشف صاحب خدیجہ آمنہ مریم ہاجرہ اناد پیشوا ہے ماں حسین علی نبی ہے آسرا نبی ہے آسرا جہان دا نبی دا آسرا ہے ماں حسین علی ہے آسرا کل ایمان دا علی دا آسرا ہے ماں حسین دی لے او یار حوالے رب دے لے او یار حوالے رب دے اتے میرے چار دن آدے اس دن عید مبارک ہو سی جس دن پھر رانا نبی صاحب تھوڑی نظر ایک شیر سے اجازت کرم کرم کرن سرکار تے جگ تو لکدے نہیں اوے مالی جیوندے ہون تے بوٹے سکدے نہیں مالی جیوندے ہون تے بوٹے سکدے نہیں برے بندے نو میں لبن ٹریا میں اندر چاہتی پاتی تے میرے تو برا نکو ہوئی فی سبیل اللہ اموات شہید زندہ ہے خودی زندگی دا تو شعور نہیں انسان کو بیدار ہو لینے دے ہر قوم پکارے گی ہمارے ہیں حسین قتل حسین اصل میں مر گئے یزید ہے اسلام زندہ ہوتا ہے ہر کربلا کے بعد اسلام زندہ ہوتا ہے ہر کربلا کے بعد میرے نبی دے غلامو ایک میسج ہے ایک منٹ تشریف رکھے صرف ایک منٹ واسطے ایک میسج ہے عشاء دی نماز تو لے کے ہن دو بج گئے ذکر حسین وچ بیٹھے ہو اے ہاتھ بنی بیٹھا ذرا کردار حسین بھی یاد رکھو تے حسین دا کردار کی سی مدینے چ ٹریا ہے گردن دھڑ تو جدا ہو گئی ہے سر سجدے چ رکھیا ہے کائنات سر چک لیا حسین دا سر اج بھی سجدے چ موجود ہے حسینی ہوئی ہے جڑا نماز پڑھ سی بھاویں دھی ہوے بیٹی ہوے میری ماں ہوے میری بہنا ہوے میری گزارش ہے میری بیٹی میری بہن میری ماں تیری عزت بطول دی عزت اچھے تیری عزت چادر دے وچھے تیرا مقام میرے مصطفیٰ نے بڑا بیان فرمایا ہے گھر وچھے نماز پڑھو قرآن پڑھو آج تو بعد میں نہ وعدہ کرو بھائیو قرآن بھی پڑھیں گے نماز بھی پڑھیں گے ہاتھ میں تو نہیں چکواں دا اللہ نے ایمان دی دولت دیتی جے حسینی میرے نبی تو پوچھے آگے آقا مومن تے کافر دی پہچان کیے حضور نے فرمایا نماز ہن اپنا بیٹھے ہیں اپنی گربان جھانکی ہے ذرا اپن کنے کو نمازی ہیں
ਕਿੰਨੇ ਕੋ ਬੰਦੇ ਸ਼ਾਹ ਦੀ ਨਮਾਜ਼ ਪੜ੍ਹ ਕੇ ਇਸ ਮਹਿਫਲ 'ਚ ਆਏ ਬੈਠੇ ਨੇ। ਸੱਜਣੋ ਨਾਰੇ ਤਾਂ ਹੀ ਕੰਮ ਦੇਣਗੇ ਜਦੋਂ ਕਿਰਦਾਰ ਹੁਸੈਨ ਜੀ ਆਉਣਾ। ਖੁਦਾ ਦੀ ਕਸਮ ਹੈ ਤੇਰੀ ਮੁਹੱਬਤ ਹੁਸੈਨ ਜੈਸੀ ਹੋਵੇਗੀ ਤੇ ਫਿਰ ਮੇਰਾ ਅੱਲਾ ਵੀ ਰਾਜ਼ੀ ਹੋ ਜਾਏਗਾ। ਅਰਸ਼ਾਂ ਤੇ ਖੁਦਾ ਰਾਜ਼ੀ, ਫਰਸ਼ਾਂ ਤੇ ਮਦੀਨੇ ਵਾਲਾ ਮੁਸਤਫਾ ਰਾਜ਼ੀ। ਮੈਂ ਰਾਣਾ ਭਾਈ ਨੂੰ ਮੁਬਾਰਕਬਾਦ ਪੇਸ਼ ਕਰਤਾ ਹੂੰ, ਜਨਾਬ ਕਾਸ਼ਿਫ ਭਾਈ ਔਰ ਆਪਦੇ ਤਮਾਮ ਦੋਸਤਾਂ ਨੂੰ ਜਿਨ੍ਹਾਂ ਨੇ ਬੜੀ ਮੁਹੱਬਤ ਫਰਮਾਈ। ਪਾਕ ਮਹਿਫਲ ਦਾ ਤਮਾਮ ਹੋਇਆ, ਅੱਲਾ ਜਿਹੜੇ ਅਜ਼ੀਮਤਾਂ ਫਰਮਾਏ ਮੇਰੇ ਭਾਈ, ਸੁਭਾਨ ਅੱਲਾ, ਮਾਸ਼ਾ ਅੱਲਾ, ਪਿਆਰੇ ਸੁਣ ਵਾਲੇ, ਅੱਲਾ ਆਪ ਕੋ ਇੱਜ਼ਤ ਫਰਮਾਏ, ਅੱਲਾ ਹੋਰ ਤੁਹਾਡੇ ਹੱਥ 'ਚ ਬਰਕਤ ਨਸੀਬ ਫਰਮਾਏ। ਆਮੀਨ ਬਮਾ ਲਈਆ ਇਲਲ ਬਲਾਗੁਲ ਮੁਬੀਨ। ਰਾਜ਼ੀ ਬੈਠੇ ਹੋ, ਰਾਜ਼ੀ ਬੈਠੇ ਹੋ, ਰਾਜ਼ੀ ਬੰਦਾ ਇੱਕ ਵਾਰੀ ਸੁਭਾਨ ਅੱਲਾ ਆਖੇ ਮੈਂ ਪਰਦੇਸ਼ੀ ਤੁਹਾਡੇ 'ਤੇ ਰਾਜ਼ੀ ਜਾਵਾਂ ਜ਼ਰਾ।